ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦਿਨ ਅਜੇ ਚੜਿਆ ਹੀ ਹੈ। ਕਰੀਬ ਸਵੇਰ ਦੇ 6 ਵਜੇ ਦਾ ਸਮਾਂ, ਦੁਕਾਨਾਂ ਬੰਦ ਪਈਆਂ ਨੇ ਤੇ ਇਸ ਦੌਰਾਨ ਹੀ ਆਟੋ ਤੇ ਸਵਾਰ ਹੋ ਕੇ 2 ਨਕਾਬਪੋਸ਼ ਚੋਰ ਆਉਂਦੇ ਨੇ ਤੇ ਆਪਣੇ ਆਟੋ ਨੂੰ ਇੱਕ ਦੁਕਾਨ ਦੇ ਅੱਗੇ ਰੋਕ ਲੈਂਦੇ ਨੇ। ਆਟੋ ਰੋਕ ਕੇ ਪਹਿਲਾਂ ਇਹ ਆਲਾ ਦੁਆਲਾ ਦੇਖਦੇ ਨੇ ਤੇ ਦੇਖਦੇ ਹੀ ਦੇਖਦੇ ਇੱਕ ਚੋਰ ਬਾਹਰ ਨਿਕਲਦਾ ਤੇ ਮੌਕਾ ਦੇਖਦੇ ਹੀ ਦੁਕਾਨ ਦੇ ਬਾਹਰ ਪਏ ਦੁੱਧ ਦੇ ਪੈਕਟਾਂ ਦੇ ਡਾਲੇ ਆਪਣੇ ਆਟੋ ਚ ਲੱਦਣਾ ਸ਼ੁਰੂ ਕਰ ਦਿੰਦਾ। ਚੰਦ ਸਕਿੰਟਾਂ ਮਿੰਟਾਂ ਚ ਇਹ ਚੋਰ ਦੁਕਾਨ ਦੇ ਬਾਹਰ ਪਏ 10 ਦੇ 10 ਡਾਲੇ ਆਟੋ ਚ ਚਿਣ ਕੇ ਧਰ ਲੈਂਦਾ। ਇੱਥੇ ਹੀ ਬਸ ਨਹੀਂ ਜਨਾਬ, ਇਹ ਚੋਰ ਅੱਗੇ ਇੱਕ ਹੋਰ ਦੁਕਾਨ ਤੇ ਆਪਣੇ ਆਟੋ ਨੂੰ ਰੋਕ ਲੈਂਦੇ ਨੇ ਤੇ ਆਟੋ ਦੇ ਵਿੱਚ ਬੈਠਾ ਇਹ ਚੋਰ ਮੁੜ ਬਾਹਰ ਨਿਕਲਦਾ ਤੇ ਇਸ ਦੁਕਾਨ ਤੋਂ ਵੀ ਦੁੱਧ ਦੇ ਪੈਕਟ ਵਾਲੇ ਡਾਲੇ ਆਪਣੇ ਆਟੋ ਚ ਧਰਨੇ ਸ਼ੁਰੂ ਕਰ ਦਿੰਦਾ। ਜੀ ਹਾਂ, ਇਹ ਚੋਰ ਇਸ ਦੁਕਾਨ ਤੋਂ ਵੀ 6 ਦੇ ਕਰੀਬ ਦੁੱਧ ਦੇ ਡਾਲੇ ਚੋਰੀ ਕਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਚੰਦ ਮਿੰਟਾਂ ਸਕਿੰਟਾਂ ਚ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਚੋਰੀ ਦੀ ਇਹ ਪੂਰੀ ਵਾਰਦਾਤ CCTV ਚ ਕੈਦ ਹੋ ਗਈ ਹੈ। ਹੈਰਾਨ ਕਰਦਾ ਇਹ ਮਾਮਲਾ, ਇਹ ਤਸਵੀਰਾਂ ਜੀਰਕਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਢਕੋਲੀ ਦੇ ਵਲਿੰਗਟਨ ਸੋਸਾਇਟੀ ਚ 2 ਦੁਕਾਨਾਂ ਨੂੰ ਇਨ੍ਹਾਂ ਚੋਰਾਂ ਵੱਲੋਂ ਆਸਾਨੀ ਨਾਲ ਨਿਸ਼ਾਨਾ ਬਣਾਇਆ ਗਿਆ। ਦੱਸਿਆ ਜਾ ਰਿਹਾ ਕਿ ਇਨ੍ਹਾਂ ਸ਼ਾਤਿਰ ਚੋਰਾਂ ਵੱਲੋਂ ਆਪਣੇ ਆਟੋ ਤੇ ਲੱਗੇ ਨੰਬਰ ਨੂੰ ਲੁਕੋਇਆ ਹੋਇਆ ਸੀ ਤਾਂ ਕਿ ਕਿਸੇ ਨੂੰ ਆਟੋ ਦੀ ਪਛਾਣ ਨਾ ਹੋ ਸਕੇ। ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਚੋਰੀ ਦੀ ਇਸ ਵਾਰਦਾਤ ਨੇ, ਇਨ੍ਹਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਨ੍ਹਾਂ ਤਸਵੀਰਾਂ ਨੇ ਇੱਕ ਵਾਰ ਮੁੜ ਇਹ ਸਾਬਿਤ ਕਰ ਦਿੱਤਾ ਕਿ ਅੱਜ ਦੇ ਸਮੇਂ ਚ ਸਮਾਨ ਨੂੰ ਸੁਣਨਾ ਨਹੀਂ ਛੱਡਣਾ ਚਾਹੀਦਾ, ਨਹੀਂ ਅਜਿਹਾ ਭਾਣਾ ਕਿਸੇ ਵੀ ਨਾਲ ਕਿਸੇ ਵੀ ਸਮੇਂ ਵਾਪਰ ਸਕਦਾ ਤੇ ਪਿੱਛੋਂ ਪਛਤਾਏ ਦਾ ਕੋਈ ਫਾਇਦਾ ਨਹੀਂ, ਬਲਕਿ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ। ਜਗਬਾਣੀ TV ਲਈ ਕੁਲਦੀਪ ਕੁਮਾਰ ਦੀ ਰਿਪੋਰਟ।